जगबानी टीवी देख रहे सारे दर्शकों का स्वागत है। मैं हाँ कवलजीत कंबोज। दस दिए कि कल तो पटियाला दे विच हो रही तेज बारिश अते चल रही तेज हनेरी दे कारण साबका मुख्यमंत्री पंजाब कैप्टन अमरिंदर सिंह होना दे मोती महल दी एक दीवार डिग पई है। दस दिए कि दीवार जिहड़ी डिगी है तां लोकां दे घरां दे बाहर तक जिहड़ियां ने इट्टां गईयां ने तां उसी दीवार दे नजदीक खड़े हैं। पहले सब तो पहला जानकारी दे दिए कि साबका मुख्यमंत्री कैप्टन अमरिंदर सिंह होना दा जिहड़ा कि मोती महल YPS चौंक दे नजदीक है जिथे कि हर वेले जिहड़ा कि कैप्टन अमरिंदर सिंह होना दे मुख्यमंत्री हुंदे होए धरने लगदे हुंदे सी तां उही मोती महल दी अज कंध डिगी है। तां दस्सिया जा रहा है कि सवेर दे जिहड़े कि नजदीक जिहड़ी तेज बारिश हो रही सी तां उस वेले इह कंध डिगी है। तां 15 तों 16 फुट दी दीवार है जिहड़ी कि नीचे डिगी है। तां तेज हनेरी दे कारण इह जिहड़ा नुकसान होया दस दिए कि तस्वीरां दिखा दिंदे आ कि कैप्टन अमरिंदर सिंह होना दा जिहड़ा इह मोती महल दी जिहड़ी है साइड वाली कंध है। तां दस दिए कि पहला सब तों पहला फरंट गेट आंदा तां उसदे नाल ही साइड वाली कंध है जिथे कि इह दीवार डिगी है। तां 15 तों 16 फुट दी जिहड़ी है दीवार सीगी जिहड़ी कि पूरी तरह जिहड़ी है डिग चुकी है। तां तस्वीरां देख रहे हो तुसीं एक्सक्लूसिव जगबानी टीवी ते कि किस तरह इह दीवार डिगी है। तां हालांकि कोई नुकसान तो नहीं होया, जानी नुकसान होने तो बचाव हो गया, लेकिन यह तस्वीरां जिहड़ियां ने दिखा रहे हैं कि किस तरह यह देख सकते हो कि यह मोती महल जिहड़ा कि अंदर है तो उसके बाद जिहड़ी है साइड वाली दीवार सीगी तां जिहड़ी डिगी है तो पूरी तरह देख सकते हो कि इट्टां जिहड़ियां ने सड़क ते खिंड गईयां सीगियां तां लोकां दे घरां दे बाहर तक भी जिहड़ियां ने ਇਹ ਇੱਟਾਂ ਗਈਆਂ ਸੀਗੀਆਂ। ਤਾਂ ਦੀਵਾਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਦੀਵਾਰ ਹੈ ਜਿਹੜੀ ਕਿ ਇਹ ਡਿੱਗੀ ਸੀਗੀ। 15 ਤੋਂ 16 ਫੁੱਟ ਦੀ ਜਿਹੜੀ ਦੀਵਾਰ ਸੀਗੀ ਇਹ ਤੇਜ਼ ਹਨੇਰੀ ਅਤੇ ਬਾਰਿਸ਼ ਦੇ ਕਾਰਨ ਡਿੱਗੀ ਹੈ। ਲੋਕ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ, ਲੇਕਿਨ ਜਿਹੜੀ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਕਿਸ ਤਰ੍ਹਾਂ ਇਹ ਮੋਤੀ ਮਹਿਲ ਦੀ ਦੀਵਾਰ ਹੈ ਜਿਹੜੀ ਕਿ ਇਹ ਤੇਜ਼ ਹਨੇਰੀ ਅਤੇ ਬਾਰਿਸ਼ ਦੇ ਕਾਰਨ ਡਿੱਗੀ ਹੈ। ਤਾਂ ਬਿਲਕੁਲ ਤਸਵੀਰਾਂ ਦਿਖਾਈਆਂ ਨੇ ਤੁਹਾਨੂੰ ਜਗਬਾਣੀ ਤੇ ਐਕਸਕਲੂਸਿਵ ਤਸਵੀਰਾਂ ਦਿਖਾਈਆਂ ਨੇ ਕਿ ਕਿਸ ਤਰ੍ਹਾਂ 15 ਤੋਂ 16 ਫੁੱਟ ਦੀ ਦੀਵਾਰ ਜਿਹੜੀ ਹੈ ਉਹ ਤੇਜ਼ ਹਨੇਰੀ ਅਤੇ ਚੱਲ ਰਹੀ ਬਾਰਿਸ਼ ਦੇ ਕਾਰਨ ਜਿਹੜੀ ਹੈ ਡਿੱਗੀ ਹੈ। ਇਸ ਤਰ੍ਹਾਂ ਦੀ ਦੀਵਾਰ ਸੀਗੀ 15 ਤੋਂ 16 ਫੁੱਟ ਦੀ, ਜਿਸ ਦੇ ਉੱਪਰ ਜਿਹੜੀਆਂ ਨੇ ਸਿਕਿਉਰਿਟੀ ਦੇ ਲਈ ਜਿਹੜੀ ਤਾਰਾਂ ਨੇ ਉਹ ਵੀ ਲਗਾਈਆਂ ਹੋਈਆਂ ਸੀ, ਲੇਕਿਨ ਜਿਹੜੀ ਤੇਜ਼ ਹਨੇਰੀ ਅਤੇ ਬਾਰਿਸ਼ ਜਿਹੜੀ ਪੈ ਰਹੀ ਹੈ ਕੱਲ੍ਹ ਤੋਂ ਪਟਿਆਲਾ ਦੇ ਵਿੱਚ ਤਾਂ ਉਸਦੇ ਕਾਰਨ ਜਿਹੜੀ ਹੈ ਉਹ ਡਿੱਗ ਗਈ ਹੈ। ਤਾਂ 15 ਤੋਂ 16 ਫੁੱਟ ਦੀ ਦੀਵਾਰ ਜਿਹੜੀ ਹੈ ਮੋਤੀ ਮਹਿਲ ਦੀ ਡਿੱਗੀ ਹੈ, ਜਿੱਥੇ ਕਿ ਹਰ ਵੇਲੇ ਅਧਿਆਪਕ ਅਤੇ ਵੱਖ ਵੱਖ ਜਥੇਬੰਦੀਆਂ ਧਰਨੇ ਲਗਾਉਂਦੀਆਂ ਹੁੰਦੀਆਂ ਸੀ ਮੋਤੀ ਮਹਿਲ ਦੇ ਬਾਹਰ। ਤਾਂ ਉਸੇ ਮੋਤੀ ਮਹਿਲ ਦੀ ਜਿਹੜੀ ਹੈ ਦੀਵਾਰ ਡਿੱਗੀ ਹੈ। ਤਾਂ 15 ਤੋਂ 16 ਫੁੱਟ ਦੀ ਦੀਵਾਰ ਸੀਗੀ, ਲੋਕ ਉਰੇ ਕੰਮ ਕਰ ਰਹੇ ਨੇ ਮਜ਼ਦੂਰ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਵੀ ਮੌਕੇ ਤੇ ਮੌਜੂਦ ਸੀਗੇ, ਉਰੇ ਮੌਕੇ ਤੇ ਰਹਿੰਦੇ ਨੇ, ਤਾਂ ਉਹਨਾਂ ਦਾ ਪਲਾਟ ਹੈ ਤਾਂ ਉਰੇ ਕੰਮ ਕਰਦੇ ਨੇ, ਤਾਂ ਕੀ ਕੁਝ ਕਹਿਣਾ ਉਹਨਾਂ ਦਾ, ਕੀ ਨਾਮ ਹੈ ਤੁਹਾਡਾ? ਮੇਰਾ ਦੀਪਕ ਨਾਮ ਹੈ ਜੀ। ਤੇ ਜੀ ਇਹ ਬਾਰਿਸ਼ ਆਈ ਬਹੁਤ ਤੇਜ਼, ਹਨੇਰੀ ਆਈ, ਹਨੇਰੀ ਦੇ ਕਾਰਨ ਦੀਵਾਰ ਇੱਕਦਮ ਹੀ ਦਾੜ ਦਾੜ ਦਾੜ, ਅਸੀਂ ਉੱਥੇ ਹੀ ਕੰਮ ਕਰ ਰਹੇ ਜੀ ਲਵੇ, ਤੇ ਅਸੀਂ ਭੱਜੇ ਵੀ ਇੱਕਦਮ ਹੀ, ਪਤਾ ਨਹੀਂ ਕੀ ਕੀ ਹੋਈ, ਕੀ ਗੱਲਬਾਤ ਹੋਈ, ਤੇ ਮੀਂਹ ਆਇਆ ਤੇ ਜਾਨ ਫੁੱਲ ਬਾਰਿਸ਼ ਆਈ ਬਹੁਤ ਜ਼ਿਆਦਾ। ਕਿੰਨੇ ਕੁ ਵਜੇ ਦਾ ਟਾਈਮ ਸੀਗਾ ਉਹ? ਇਹ ਤਕਰੀਬਨ ਸਵੇਰੇ 8 ਵਜੇ ਦਾ ਟਾਈਮ ਸੀਗਾ। 8 ਵਜੇ? ਹਾਂ ਜੀ। ਤੇ ਮਤਲਬ ਕਾਰਨ ਇਸ ਦਾ ਬਾਰਿਸ਼ ਹੀ ਰਹੀ ਹੈ? ਹਾਂ ਬਾਰਿਸ਼ ਹੀ ਰਹੀ ਹੈ ਜੀ ਕਾਰਨ ਇਹਦਾ। ਹਨੇਰੀ ਆਈ ਪਹਿਲਾਂ, ਹਨੇਰੀ ਆਏ ਬਾਅਦ ਉਸ ਤੋਂ ਬਾਅਦ ਦੀਵਾਰ ਗਿਰਦੇ ਹੋਏ ਬਾਰਿਸ਼। ਕਿਹਦਾ ਮਹਿਲ ਆ? ਇਹ ਕੈਪਟਨ ਅਮਰਿੰਦਰ ਸਾਹਿਬ ਦਾ ਮਹਿਲ ਹੈ ਜੀ, ਰਾਜਾ ਸਾਹਿਬ ਦਾ। ਬਿਲਕੁਲ, ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਮੋਤੀ ਮਹਿਲ ਦੀ ਦੀਵਾਰ ਜਿਹੜੀ ਹੈ ਉਹ ਸਵੇਰ ਦੇ ਜਿਹੜਾ ਤਕਰੀਬਨ ਬਾਰਿਸ਼ ਪੈ ਰਹੀ ਹੈ, ਤੇਜ਼ ਹਨੇਰੀ ਚੱਲ ਰਹੀ ਹੈ, ਤਾਂ ਉਸਦੇ ਕਾਰਨ ਹੀ ਡਿੱਗੀ ਹੈ। ਤਾਂ ਲੋਕ ਉਰੇ ਕੰਮ ਕਰਦੇ ਸੀਗੇ, ਤੁਸੀਂ ਕੰਮ ਕਰ ਰਹੇ ਸੀ, ਕੀ ਕਰ ਰਹੇ ਸੀਗੇ? ਅਸੀਂ ਕੰਮ ਕਰ ਰਹੇ ਜੀ, ਅਸੀਂ ਇਹ ਲਾ ਰਹੇ ਹਾਂ ਫੁੱਟਬਾਲ ਦੇ ਨਾਲ ਨਾਲ ਐਂਗਲ ਲਾ ਰਹੇ ਹਾਂ ਜੀ, ਠੀਕ ਹੈ ਜੀ। ਤੇ ਅਸੀਂ ਉਸੀ ਟਾਈਮ ਉੱਥੇ ਕੰਮ ਕਰ ਰਹੇ ਸੀਗੇ ਤੇ ਇੱਕਦਮ ਹੀ ਤੇਜ਼ ਹਨੇਰੀ ਆਈ, ਹਨੇਰੀ ਆਉਂਦੀ ਦੀਵਾਰ ਗਿਰ ਗਈ, ਤੇ ਉਹ ਦਰਖਤ ਵੀ ਗਿਰਿਆ ਥੋੜਾ ਜਿਹਾ ਨਾਲ ਨਾਲ ਸੀਗਾ ਦਰਖਤ, ਤੇ ਉਹ ਹੱਲਿਆ, ਅਸੀਂ ਇੱਕਦਮ ਹੀ ਭੱਜ ਆਏ ਵੀ ਇਹ ਕਿਆ ਚੀਜ਼ ਹੋ ਗਈ। ਸਿਕਿਉਰਿਟੀ ਆਈ ਸੀਗੀ ਮੋਤੀ ਮਹਿਲ ਦੀ, ਜਿਹੜੀ ਸਿਕਿਉਰਿਟੀ ਰਹਿੰਦੀ ਹੈ ਉਹ ਆਈ ਸੀਗੀ ਗੱਲਬਾਤ ਕਰਨ? ਆਏ ਸੀ ਜੀ, ਉਹਨਾਂ ਨੇ ਬੈਰੀਕੇਡ ਲਾਏ, ਆ ਬੈਰੀਕੇਡ ਲਾਏ ਨੇ ਜੀ ਉਹਨਾਂ ਨੇ, ਤੇ ਜੀ ਉਹਨਾਂ ਨੇ ਸਾਰਾ ਰਸਤਾ ਬੰਦ ਕਰਿਆ ਵੀ ਕੋਈ ਵੀ ਸਾਰੀ ਨਾ ਗਿਰ ਜੇ, ਕਿਸੇ ਨੁਕਸਾਨ ਨਾ ਹੋਵੇ। ਤਾਂ ਬਿਲਕੁਲ, ਜਿਹੜੇ ਮੌਕੇ ਤੇ ਕੰਮ ਕਰ ਰਹੇ ਮਜ਼ਦੂਰ ਸੀਗੇ ਤਾਂ ਉਹਨਾਂ ਨੇ ਇਹ ਦੀਵਾਰ ਡਿੱਗਣ ਵਾਲਾ ਜਿਹੜਾ ਭਿਆਨਕ ਤਸਵੀਰਾਂ ਸੀਗੀਆਂ, ਹਾਦਸਾ ਸੀਗਾ ਜਿਹੜਾ ਲੋਕਾਂ ਦੇ ਘਰ ਦੇ ਬਾਹਰ ਮਲਬਾ ਡਿੱਗ ਗਿਆ, ਤਾਂ ਉਹ ਤਸਵੀਰਾਂ ਜਿਹੜੀਆਂ ਦੇਖੀਆਂ ਸੀਗੀਆਂ ਮੌਕੇ ਤੇ। ਉਹਨਾਂ ਨੇ ਬਿਆਨ ਵੀ ਕੀਤਾ ਕਿ ਕਿਸ ਤਰ੍ਹਾਂ ਜਿਹੜੀ ਇਹ ਦੀਵਾਰ ਡਿੱਗੀ ਸੀਗੀ, ਅਸੀਂ ਕੰਮ ਕਰ ਰਹੇ ਸੀਗੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਜਿਹੜਾ ਕਿ ਇਹ ਜੰਗਲ ਲਗਾਉਣ ਦਾ ਕੰਮ ਜਿਹੜਾ ਸਾਨੂੰ ਦਿੱਤਾ ਗਿਆ ਪੇੜ ਪੌਦਿਆਂ ਦੇ ਉੱਪਰ ਤਾਂ ਅਸੀਂ ਕੰਮ ਕਰ ਰਹੇ ਸੀਗੇ, ਲੇਕਿਨ 8 ਵਜੇ ਦੇ ਕਰੀਬ ਜਿਹੜੀ ਹੈ ਇਹ ਤੇਜ਼ ਹਨੇਰੀ ਅਤੇ ਬਾਰਿਸ਼ ਦੇ ਕਾਰਨ ਜਿਹੜੀ ਹੈ ਦੀਵਾਰ ਡਿੱਗੀ ਹੈ। ਤਾਂ ਉਸ ਤੋਂ ਬਾਅਦ ਜਿਹੜਾ ਮਹਿਲ ਦੀ ਜਿਹੜੀ ਸਿਕਿਉਰਿਟੀ ਸੀਗੀ ਮੋਤੀ ਮਹਿਲ ਦੀ ਸਿਕਿਉਰਿਟੀ ਸੀ ਜਿਹੜੀ ਸੁਰੱਖਿਆ ਸੀਗੀ ਤਾਂ ਉਹ ਮੌਕੇ ਤੇ ਪਹੁੰਚਦੀ ਹੈ, ਤਾਂ ਉਹਨਾਂ ਨੇ ਮੌਕੇ ਦਾ ਜਾਇਜ਼ਾ ਵੀ ਲਿਆ ਸੀਗਾ। ਤਾਂ ਉਸ ਤੋਂ ਬਾਅਦ ਜਿਹੜੀ ਹੈ ਇਹ ਰਸਤੇ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਮੋਤੀ ਮਹਿਲ ਦੇ ਬਾਹਰ ਜਿਹੜਾ ਕਿ ਇਹ ਥਾਣੇ ਵੱਲ ਨੂੰ ਰੋਡ ਜਾਂਦਾ,
ਜਿੱਦਾਂ ਅਫਸਰ ਕਲੋਨੀ ਥਾਣੇ ਵੱਲ ਨੂੰ ਰੋਡ ਜਾਂਦਾ ਤਾਂ ਉਹ ਜਿਹੜਾ ਇਹ ਬੰਦ ਕੀਤਾ ਗਿਆ ਹੈ। ਤਸਵੀਰਾਂ ਦੇਖਦੇ ਹੋ ਕਿ ਬੈਰੀਕੇਡ ਲਗਾਏ ਹੋਏ ਨੇ ਜਿਹੜਾ ਸਿਕਿਉਰਿਟੀ ਦੇ ਵੱਲੋਂ ਜਿਹੜਾ ਸੁਰੱਖਿਆ ਦੇ ਵੱਲੋਂ ਮੋਤੀ ਮਹਿਲ ਦੀ ਸੁਰੱਖਿਆ ਦੀ ਤਰਫ ਤੋਂ ਜਿਹੜੇ ਰਸਤਾ ਜਿਹੜਾ ਹੈ ਇਹ ਬੰਦ ਕਰ ਦਿੱਤਾ ਗਿਆ। ਤਾਂ ਹੁਣ ਕਿਹਾ ਜਾ ਰਿਹਾ ਕਿ ਕੁਝ ਹੀ ਸਮੇਂ ਦੇ ਬਾਅਦ ਜਿਹੜੇ ਨੇ ਕਾਰੀਗਰ ਬੁਲਾਏ ਜਾਣਗੇ ਜਿਹੜੇ ਕਿ ਇਸ ਦੀਵਾਰ ਨੂੰ ਮੁੜ ਤੋਂ ਜਿਹੜਾ ਖੜਾ ਕਰਨਗੇ, ਕਿਉਂਕਿ ਇਹ ਜਿਹੜਾ ਮੋਤੀ ਮਹਿਲ ਦੀ ਸੁਰੱਖਿਆ ਦੇ ਉੱਪਰ ਵੀ ਸਵਾਲ ਹੁੰਦਾ ਹੈ ਕਿ ਇਹ ਦੀਵਾਰ ਟੁੱਟੀ ਹੋਈ ਹੈ ਕਿ ਕੋਈ ਅੰਦਰ ਜਾਂ ਕੋਈ ਚੋਰ ਜਾਂ ਕੋਈ ਹੋਰ ਜਿਹੜਾ ਵਿਅਕਤੀ ਹੈ ਉਹ ਦਾਖਲ ਨਾ ਹੋ ਜਾਵੇ, ਤਾਂ ਜਿਸ ਕਰਕੇ ਸੁਰੱਖਿਆ ਦੇ ਵੱਲੋਂ ਜਿਹੜਾ ਸੁਰੱਖਿਆ ਨੂੰ ਵੇਖਦੇ ਹੋਏ ਇਹ ਰਸਤੇ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ। ਕੈਮਰਾ ਪਰਸਨ ਰਵਿੰਦਰਪਾਲ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ ਟੀਵੀ ਪਟਿਆਲਾ।